इस वक्त मिर्जा जट कश्ती चलाते हुए ਸਾਡੇ ਜੀ ਕੀ ਕਰੋ ਤੁਸੀਂ ਕਿ ਇਹਦੇ ਜ਼ਰੀਏ ਕਿਸ਼ਤੀ ਦਰਿਆ ਤੋਂ ਪਾਰ ਲੈ ਆਨੇ ਆ ਇਹਦੇ ਜ਼ਰੀਏ ਜਾਂਦੇ ਆ ਜੀ ਸਾਡੇ ਮੰਡੀ ਅਹਿਮਦਾਬਾਦ ਦੇ ਪਿੰਡਾਂ ਦੇ ਨਜ਼ਾਰੇ ਤਾਂ ਤੁਸੀਂ ਵੇਖੇ ਹੋਵੰਦੇ ਹੈ ਕਿਸ਼ਤੀ ਦਰਿਆ ਸਤਲੁਜ ਦੇ ਉੱਤੇ ਕਿਸ਼ਤੀਆਂ ਦਾ ਮੰਜ਼ਰ ਉਦੋਂ ਸ਼ਾਮ ਦਾ ਨਜ਼ਾਰਾ ਤੇ ਲੋਕ ਆਪਣੇ ਕੰਮਾਂ ਕਾਰਾਂ ਕਰਤੇ ਸ਼ਹਿਰਾਂ ਤੋਂ ਵਾਪਸ ਫੜ ਕੇ ਆਪਣੇ ਪਿੰਡਾਂ ਨੂੰ ਵਾਪਸ ਚਲੇ ਗਏ ਆ ਤੇ ਸਾਰੇ ਲੋਕ ਹੁਣ ਟਾਈਮ ਸੌਣ ਦਾ ਆਪਣੇ ਜੋ ਇਨਸ਼ਾਅੱਲਾ ਕੱਲ੍ਹ ਰੋਜ਼ਮਰ ਜ਼ਿੰਦਗੀ ਦੇ ਕੁਝ ਲੋਕ ਇੱਧਰੋਂ ਉਹਦੇ ਜਾਵਾਂਦੇ ਉਹ ਪਿੰਡ ਦੂਸਰੇ ਪਿੰਡ ਇਹੀ ਆਵਾਂਦੇ ਇਸੇ ਕਿਸ਼ਤੀ ਦੇ ਜ਼ਰੀਏ ਆਵਾਂਦੇ ਕਿਸੇ ਗੰਦਮ ਉਧਰੋਂ ਵੱਢਣ ਇਹਦੇ ਆਉਣਾ ਇੱਧਰੋਂ ਵੱਢੋ ਉਹਦੇ ਜਾਣਾ ਕੋਈ ਸੌਦਾ ਲੈਣ ਇਹਦੇ ਸ਼ਹਿਰ ਇਹਦੇ ਸ਼ਹਿਰ ਜਾ ਕੇ ਜਦੋਂ ਸੁਬਹਾ 10 ਵਜੇ ਜਾਂਦੇ ਆ ਪੂਰੀ ਦਿਹਾੜੀ ਸੌਦੇ ਵਿੱਚ ਲਾ ਦਿੰਦੇ ਆ ਕਿ ਕਿਉਂਕਿ ਸਾਡੇ ਆ ਦਰਿਆ ਸਤਲੁਜ 'ਤੇ ਕੋਈ ਪੁਲ ਨਹੀਂ ਬਣਿਆ ਅਤੇ ਨਾ ਕੋਈ ਗੌਰਮੈਂਟ ਨੇ ਸੋਚਿਆ ਨਾ ਕੋਈ ਬਣਾਇਆ ਕਿ ਸਾਡੇ ਕਿੰਨੀ ਫੀਸਦ ਆਬਾਦੀ ਪਿੰਡਾਂ ਦੀ ਇਵੇਂ ਹੀ ਖੱਜਲ ਖੁਆਰ ਹੁੰਦੀ ਆ ਲੇਕਿਨ ਜਿਹੜੇ ਆਪਣੇ ਵੱਡੇ ਵੱਡੇ ਵਜ਼ਾਰਤਾਂ ਵਾਲੇ ਉਹ ਆਪਣੇ ਪੇੜ ਦੇ ਬਾਰੇ ਸੋਚੀ ਰੱਖਦੇ ਆ ਕਿ ਹੋਰ ਬਾਰ ਸੋਚਣ ਦਾ ਕਿੱਦਾਂ ਟਾਈਮ ਮਿਲਦਾ ਕਿਸੇ ਨੂੰ ਕੋਈ ਆ ਤਾਂ ਸਾਡੇ ਜ਼ਰੂਰੀਆਤ ਨੂੰ ਦੇਖਣ ਤਾਂ ਸਹੀ ਕੋਈ ਪਰਖਣ ਤਾਂ ਸਹੀ ਕਿ ਸਾਡੇ ਕੀ ਮਾਹੌਲ ਹੁੰਦੇ ਆ ਕੀ ਜ਼ਰੂਰੀਆਤ ਹੁੰਦੇ ਆ ਸਾਡੇ ਤੋਂ ਸਕੂਲ ਬੱਚੇ ਜਾਣ ਵਾਸਤੇ ਕੋਈ 5-5 ਕਿਲੋਮੀਟਰ ਸਾਈਕਲ 'ਤੇ ਪਹਿਲਾਂ ਬੇੜੇ 1 ਘੰਟਾ ਲੱਗਣਾ ਪੈਂਦਾ ਬੇੜੇ ਦੇ ਕ੍ਰਾਸ ਕਰਨ ਤੋਂ ਬਾਅਦ ਉਹ ਤੋਂ ਬਾਅਦ ਸਕੂਲ ਜਾਂਦੇ ਆ ਅਗਰ ਹੋਸਪਿਟਲ ਰਾਤ ਨੂੰ ਕਿਸੇ ਕੋਈ ਸਾਡੇ ਜੋ ਮਰੀਜ਼ ਪੇਟ 'ਚ ਦਰਦ ਕੋਈ ਹਾਰਟ ਅਟੈਕ ਦਾ ਪ੍ਰੋਬਲਮ ਕੋਈ ਵੀ ਮਸਲਾ ਆ ਜਾਂਦਾ ਕਿ ਬਿਮਾਰੀ ਜ਼ਿੰਦਗੀ ਦੇ ਨਾਲ ਨਾਲ ਹੁੰਦੀ ਆ ਅਤੇ ਉਹਨਾਂ ਵਾਸਤੇ ਇਸ ਤਰ੍ਹਾਂ ਦੀ ਕੋਈ ਹੋਸਪਿਟਲ ਵਗੈਰਾ ਦੀ ਕੋਈ ਸਹੂਲਤਾਂ ਨਹੀਂ ਆਉਣ ਲਈ ਕੋਈ 10 ਕਿਲੋਮੀਟਰ ਪਹਿਲਾਂ ਤੋਂ ਤੁਹਾਨੂੰ ਦੱਸਿਆ ਕਿ ਇਹ ਤੋਂ ਇਹ 1.5 ਘੰਟਾ 45 ਮਿੰਟ ਤਾਂ ਬੇੜੇ 'ਤੇ ਲੱਗਦੇ ਆ ਬੇੜਾ ਕ੍ਰਾਸ ਕਰਨ ਲੱਗਿਆ ਅੱਲਾ ਜਾਣੇ ਉਸ ਰਾਹ ਵਿੱਚ ਕੋਈ ਮਰੀਜ਼ ਇੱਥੇ ਮੌਤ ਵਾਕਿਆ ਹੋ ਜਾਂਦੀ ਲੇਕਿਨ ਅਸੀਂ ਫਿਰ ਵੀ ਬੜਾ ਹਕੂਮਤ ਅੱਗੇ ਪਿੱਠੇ ਆ ਕਰ ਲਾਏ ਹਾਂ ਲੇਕਿਨ ਉਹਨਾਂ ਦਾ ਜ਼ਰਾ ਖਿਆਲ ਨਹੀਂ ਆਇਆ ਜਨਾਬ ਇਹ ਮੇਰੀ ਹਕੂਮਤ ਅੱਗੇ ਗੁਜ਼ਾਰਿਸ਼ ਹੈ ਕੋਈ ਵੀ ਇਸ ਤਰ੍ਹਾਂ ਦੇ ਇਕਦਾਮਾਤ ਕੀਤੇ ਜਾਵਣ ਕੋਈ ਕਿਸ਼ਤੀ ਥੋੜ੍ਹੇ ਜਿਹੇ ਹੋਰ ਇਹਨਾਂ ਨੂੰ ਜਦੀਦ ਟੈਕਨੋਲੋਜੀ ਤੋਂ ਰਸਤਾ ਕੀਤਾ ਜਾਵੇ ਕਿਉਂਕਿ ਅੱਜ ਪਾਕਿਸਤਾਨ ਦੇ ਕਾਫੀ ਹਰ ਜਗ੍ਹਾ 'ਤੇ ਜਦੀਦ ਟੈਕਨੋਲੋਜੀ ਦੀਆਂ ਮਸ਼ੀਰੀਆਂ ਕਿਸ਼ਤੀਆਂ ਆਈਆਂ ਨੇ ਲੇਕਿਨ ਇਹਨਾਂ ਲੋਕਾਂ ਵਾਸਤੇ ਕੋਈ ਸਹੂਲਤ ਨਹੀਂ ਜਸ ਹੁੰਦੀ ਇਹ ਲੋਕ ਸਿਰਫ ਲੋਕਾਂ ਨੂੰ ਵੇਖੋ ਜੀ ਆਸਾਨੀ ਵਾਸਤੇ ਆਪਣੇ ਆਪਣੀ ਮਦਦ ਆਪਦੇ ਤਹਿਤ ਹੀ ਕੁਛ ਕਰਦੇ ਆ ਤੇ ਇਹਨਾਂ ਦੀ ਹੁੰਦੀ ਹੈ ਹਾੜੀ ਸਾਹਮਣੇ ਸੇਪੀ ਹੁੰਦੀ ਹੈ ਇਹ ਵੀ ਕੋਈ ਇੰਨੇ ਰੋਜ਼ਗਾਰ 5,000-2,000 ਕਮਾਉਣ ਵਾਲੇ ਬੰਦੇ ਨਹੀਂ ਹੈਗਾ ਸਿਰਫ ਓਨਲੀ 200-300 ਰੁਪਏ ਕਮਾਉਣ ਵਾਲੇ ਬੰਦੇ ਕੋਈ ਸ਼ਹਿਰਾਂ ਦੇ ਲੋਕ ਇੱਥੇ ਵੀਡੀਓ ਬਣਾਉਣ ਆ ਜਾਂਦੇ ਸੈਰ ਸਪਾਟਾ ਕੋਈ 20-30 ਰੁਪਏ ਉਹ ਨਾ ਦੇ ਜਾਂਦੇ ਬਸ ਇਹੋ ਜ਼ਿੰਦਗੀ ਦੇ ਨਾਲ ਰੋਜ਼ਗਾਰ ਹੈ ਕਿ ਮੇਰੇ ਭਾਈਓ ਕਿ ਪਿੰਡਾਂ ਦੇ ਲੋਕ ਬਹੁਤ ਹੀ ਮੁਹੱਬਤ ਕਰਨ ਵਾਲੇ ਸੱਚੇ ਆਉਂਦੇ ਆ ਤੁਹਾਨੂੰ ਜ਼ਰੂਰ ਪਿਆਰ ਕੀਤਾ ਕੋਈ ਜਿਹੜੇ ਆਮਨ ਕਿਸ਼ਤੀ ਦੇ ਮਲਾਹ ਜਿਹੜੇ ਹੁੰਦੇ ਇਹਨਾਂ ਨਾਲ ਜ਼ਰੂਰ ਪਿਆਰ ਮੁਹੱਬਤ ਕੀਤਾ ਜਾਵੇ ਅਤੇ ਇਨਸ਼ਾਅੱਲਾ ਦੁੜਨਾ ਹਮੇਸ਼ਾ ਇਹ ਬਹੁਤ ਜ਼ਿਆਦਾ ਕਿੰਨਾ ਵੀ ਆਪਣੇ ਬਾਲੀ ਬੱਚਿਆਂ ਦਾ ਪੇਟ ਪਾਲਣਾ ਹੁੰਦਾ ਹੈ ਨਾ ਤਾਂ ਹੋਰ ਤਾਂ ਕੋਈ ਰੋਜ਼ਗਾਰ ਨਹੀਂ ਹੁੰਦਾ ਕੋਈ ਫੈਕਟਰੀਆਂ ਕੋਈ ਵੀ ਕਾਰਖਾਨੇ ਨਹੀਂ ਹੁੰਦੇ ਜਨਾਬ ਮਿਹਰਬਾਨੀ ਕਰਕੇ ਜੋ ਵੀ ਸ਼ਹਿਰਾਂ ਦੇ ਲੋਕ ਮੁੰਡੇ ਆਵਣ ਇਹਨਾਂ ਦਾ ਜ਼ਰੂਰ ਮਦਦ ਕੀਤੀ ਜਾਣ ਬਹੁਤ ਬਹੁਤ ਮਿਹਰਬਾਨੀ ਤੁਹਾਡਾ।